अर्जुन पा दे भंगड़ा चाचे की कॉपी चाचे की कॉपी कर दे अर्जुन बड़ियां वास्ते शू हुंदे आ लाइटां वाले पुत हुंदे आ पुत चाचे कोले पहला सीगे हुण खराब हो गए जिम्मे तेरे शूआं च लाइटां चलदियां ने चाचे कोले भी सीगे उदां दे बड़ियां वास्ते हुंदे आ तू कहिंदा हुंदे नी मनाउण दी पूरी कोशिश कर रहे हाँ जी सत श्री अकाल जी की हाल चाल आ अज व्लॉग की शुरुआत दोपहर के 3 बजे हो रही है मौसम तो वैसे इदा लग रहा भी या सवेरा वा ये जा शाम आ क्योंकि सुन पा सारे पास थोड़ा जहा धुआं ही धुआं होया होया धुआं होवाली पटाके बजे हाँ तो दूजी गल अर्जन हरमन तो भाभी गए हुए आ फिर नानकियां तो जद तक असी की करते हैं जाके आ मंडी अहमदगढ़ पवन ने एक दो ड्रेसा लैनिया ने ते एक ने पार्लर जाना मैं क्योंकि परसों अपने हैगा फंक्शन सो इस करके टाइम अपने कोल थोड़ा थोड़ा ही हर चीज ली हर आ महीना तो साडे कोल पूरा बिजी स्केड्यूल चल रहा है। हाँ अर्जन जदों हुण 3-4 घंटे लिए भी घरों बाहर जांदा है ना फिर भी औखा लगता वा जदों उन्हें महीने बाद वापस अमेरिका जाना ना उदों बड़ा ही औखा लगना वा बहुत उपर लगे करो थोड़े टाइम लिए ਕਿਵੇਂ ਲੱਗਿਆ ਅੱਜ ਵਾਲਾ ਸ਼ਾਟ ਦੱਸਿਓ ਐ ਕਮੈਂਟ ਕਰਕੇ ਜਿਹੜਾ ਹਰਮਨ ਬਾਹਰੋਂ ਕੈਮਰਾ ਲੈ ਕੇ ਆਇਆ ਨਾ ਉਹਦੇ ਨਾਲ ਲਿਆ ਸੀਗਾ ਇਟਸ ਗੋਪਰੋ ਵੈਸੇ ਉਹ ਜ਼ਿੰਦਗੀ ਚ ਪਹਿਲੀ ਵਾਰੀ ਇਦਾਂ ਹੋਣਾ ਵਾ ਕਿ ਆਪਾਂ ਨੂੰ 1 ਮਹੀਨੇ ਚ ਇੰਨੇ ਜ਼ਿਆਦਾ ਫੰਕਸ਼ਨ ਨੇ ਤੇ ਪਹਿਲੀ ਵਾਰੀ ਉਹ ਇਦਾਂ ਹੋਣਾ ਵਾ ਕਿ ਪਰਸੋਂ ਨੂੰ ਫੰਕਸ਼ਨ ਆ ਅਸੀਂ ਹਲ ਤੱਕ ਆਪਦੀ ਕੋਈ ਤਿਆਰੀ ਨਹੀਂ ਕੀਤੀ ਪਵਨ ਨੇ ਬਸ ਜਿਹੜਾ ਪਰਸੋਂ ਨੂੰ ਜਿਹੜੇ ਡਰੈਸ ਪਾਉਣੀ ਆ ਬਸ ਉਹੀ ਸਪੈਸ਼ਲ ਲੈਣ ਚੱਲੀ ਆ ਕਿਉਂਕਿ ਉਸ ਤੋਂ ਵੱਧ ਟਾਈਮ ਹੈ ਨਹੀਂਗਾ ਉਸ ਤੋਂ ਬਾਅਦ ਜਿਹੜੇ ਫੰਕਸ਼ਨ ਨੇ ਉਹਦੀ ਸ਼ਾਪਿੰਗ ਆਪਾਂ ਬਾਅਦ ਚ ਫੇਰ ਕਰਾਂਗੇ ਤੇ ਮੈਂ ਤਾਂ ਤੁਹਾਨੂੰ ਪਤਾ ਹੀ ਆਪਾਂ ਤਾਂ ਪੁਰਾਣੇ ਹੀ ਪਾਪੂ ਲੈਣੇ ਆ ਬਸ 5-7 ਕੋਟ ਪਿੰਟ ਨਵੇਂ ਲੈਣੇ ਆ ਕੋਈ ਪੁਰਾਣੇ ਨਹੀਂ ਪਾਉਣੇ ਹੈਗੇ 1-2 ਤਾਂ ਸਟਿਚ ਕਰਨੇ ਦੇ ਵੀ ਆਏ ਨੇ ਉਹ ਤਾਂ ਗਿਫਟ ਵਾਲੇ ਨੇ ਬਾਜੂ ਮੈਨੂੰ ਕਹਿੰਦੇ ਨੇ ਇਹੀ ਲੈਂਦੀ ਆ ਮੈਂ ਤਾਂ ਲੈਂਦਾ ਹੀ ਨਹੀਂ ਹੈਗਾ ਓਏ ਹਰਮਨ ਸਾਡਾ ਕੋਟ ਪਿੰਟ ਵੀ ਪੁਰਾਣੀ ਚੱਕ ਲੈ ਸਾਰੇ ਕਹਿੰਦੇ ਮੈਂ ਤਾਂ ਉਹੀ ਪਾ ਲੈਣੇ ਆ ਬਟ ਸੋਹਣੇ ਆ ਵੀਰ ਜੀ ਦੇ ਕੋਟ ਪਿੰਟ ਮੈਂ ਦੇਖਿਆ ਬਸ ਇੱਕ ਅੱਧਾ ਹੀ ਨਹੀਂ ਵਧੀਆ ਵਿੱਚ ਬਾਕੀ ਸੋਹਣੇ ਆ ਸਾਰੇ ਤੇ ਬਾਕੀ ਉਹ ਗੱਲੜੀ ਦੀ ਗੱਲ ਸਹੀ ਆ ਉਹ ਜਦੋਂ ਅਮਰੀਕਾ ਚਲੇ ਜਾਂਦਾ ਉਹਦੇ ਕੱਪੜੇ ਤੇ ਪਈ ਰਹਿ ਜਾਂਦੇ ਆ ਕਿਉਂਕਿ ਕੰਮ ਵਾਲੇ ਕੱਪੜੇ ਹੋਰ ਹੁੰਦੇ ਆ ਤੇ ਉਹ ਮਤਲਬ ਇੰਨਾ ਕਿ ਜਿਮ ਜਾਂਦਾ ਮਤਲਬ ਜਿਮ ਘਰੇ ਹੀ ਲਾਉਂਦਾ ਵਾ ਐਕਸਰਸਾਈਜ਼ ਕਰਦਾ ਵਾ ਉਹਦਾ ਸਰੀਰ ਉਹਨੇ ਉਵੇਂ ਮੇਨਟੇਨ ਰੱਖਿਆ ਹੋਇਆ ਤਾਂ ਕਰਕੇ ਸਾਰੇ ਪੁਰਾਣੇ ਆਈ ਜਾਂਦੇ ਆ ਮੇਰੇ ਆਪਣੇ ਤੇ ਫਿਰ ਹੁਣ ਉਧਰ ਵਿਚਾਰੇ ਕਰਨ ਵੀ ਕੀ ਸਵੇਰੇ ਕੰਮ ਤੇ ਚਲੇ ਜਾਂਦੇ ਆ ਨੇਰੇ ਹੋਏ ਘਰੇ ਆ ਜਾਂਦੇ ਆ ਤਾਂ ਫਿਰ ਘਰੇ ਆ ਕੇ ਤੁਹਾਨੂੰ ਸ਼ਰਟਾਂ ਪਾ ਕੇ ਘੁੰਮ ਨਹੀਂ ਸਕਦੇ ਹੈਗੇ ਤਾਂ ਫਿਰ ਉਹ ਕੱਪੜੇ ਪਾ ਹੀ ਰਹਿਣੇ ਨੇ ਬਿਲਕੁਲ ਬਿਲਕੁਲ ਪਾਉਣੇ ਉਹਨਾਂ ਨੇ ਵੀ ਤੇ ਬਾਕੀ ਸਭ ਬੜੀਆ ਹੈ ਫਿਰ ਹਮ ਚੱਲਦੇ ਆ ਮੰਡੀ ਹੁਣ ਜਦੋਂ ਸਾਨੂੰ ਕੋਈ ਗੱਲ ਨਹੀਂ ਹੁੰਦੀ ਸਭ ਬੜੀਆ ਹੈ ਹੁਣ ਆਪਾਂ ਪਹਿਲਾਂ ਗੱਡੀ 'ਚ ਤੇਲ ਪਵਾ ਲਈਏ ਤੇ ਤੇਲ ਪਵਾਉਣ ਤੋਂ ਇੱਕ ਗੱਲ ਯਾਦ ਆਈ ਕਿ ਆਪਣਾ ਤੇਲ ਸਸਤਾ ਹੋ ਗਿਆ ਸਹੀ ਗੱਲ ਆ ਕੱਲ ਬਹੁਤ ਚਾਹ ਹੋਇਆ ਸੁਣ ਕੇ ਹਨਾ 87 ਰੁਪਏ ਨੂੰ ਹੋ ਗਿਆ ਮੇਰੇ ਵੀਰੇ 87 ਰੁਪਏ ਨਹੀਂ ਇੱਥੇ 99 ਨੂੰ ਆ 89 ਨੂੰ ਚਲ ਕੋਈ ਨਹੀਂ ਕਿੱਥੇ 100 ਨੂੰ ਪਵਾਉਣਾ ਸੀ ਫਿਰ ਨੋਟ ਕਹਿੰਦੇ ਹੁਣ ਤਾਂ 2 ਰੁਪਏ ਵਾਧਾ ਕੱਲ ਵਾਲੇ ਨਾਲ ਹੁਣ ਤੇਲ ਪਵਾਉਣ ਲਈ ਗੱਡੀ ਬੰਦ ਕਰਨੀ ਪੈਣੀ ਆ ਤੇ ਗੱਡੀ ਚਾਬੀ ਬਾਹਰ ਲਗਾਉਣੀ ਪੈਣੀ ਆ ਇਹ ਗੱਲ ਇਹ ਚ ਗਲਤ ਆ ਇੱਕ ਹਨਾ ਯੈਸ
ਦੇਲੋਂ ਬਾਜ਼ਾਰ ਚ ਹਲੇ ਵੀ ਪੂਰੀਆਂ ਦੀਵਾਲੀ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਹਨਾ ਪਿੰਦਰ ਐਨ ਪੂਰੀਆਂ ਮਠਿਆਈਆਂ ਵਾਲੀਆਂ ਦੁਕਾਨਾਂ ਵੀ ਉਵੇਂ ਖੁੱਲੀਆਂ ਨੇ ਹਲੇ ਇੱਧਰ ਫਰੂਟਸ ਵਾਲੀਆਂ ਸੋ ਵਧੀਆ ਲੱਗਦਾ ਹਨਾ ਕੱਲ ਵੱਧ ਵਧੀਆ ਲੱਗ ਰਿਹਾ ਤਾਜ਼ੇ ਪਕੌੜੇ ਵੀ ਕੱਢ ਰਿਹਾ ਬਾਈ ਹਲੇ ਕੋਈ ਨਹੀਂ ਜਾਂਦੇ ਲੈ ਕੇ ਚੱਲਾਂਗੇ ਠੀਕ ਆ ਆਪਾਂ ਚੱਲੇ ਕਿੱਥੇ ਆ ਮੰਡੀ ਨੂੰ ਮੰਡੀ ਕੀ ਕਰਨਾ ਆਪਾਂ दस दिया माड़ा जी वीडियो बंद हो जाए फिर दस दिए की करना चले चलो हम आप चलते हैं अज आप बाजार च भी ना आ कैमरा यूज करके देखना देखते हैं की क्वालिटी आंदी है ते किवें दी वीडियो बनदी है ना मैं कहनी एदे ना वध वधिया रहूगा क्योंकि फोन फिर भी आप ऐ करदे आ बड़ा हो जांदा ठीक है कैमरा बस एदा ही चाहे आप ऐ रख के भी बोल सकते हैं हाथ च है ना ये सौखा काम लेट्स ट्राई यस फिर ये सौखा काम तू बनानी है अज ना तुसी बनाओगे चलो हम देखो ये शॉट का मैं लगता नहीं किसी को पता लगे उसे आप शॉट लिया है ना सही गल क्योंकि देखता ही नहीं हाथ हाँ नहीं बंदे संग लगती आप किसी कैमरा कर लेट्स सी पता नहीं क्या जाया वो पर देखते हैं कोशिश की हाँ बाकी हूँ यह ना हो जाए भी मैं माइक के उपर हाथ धरना आपका और आवाज ना आए नवीन आले नहीं जाना मैं कहना जे लूट आ गया पता नहीं लिया है मिनट पवन पांच सत्त ही लाने ओके नाले सिर्फ एक ही देख दे सोने का पता नहीं मैं जरूर जाऊंगा अच्छा ड्रेस ट्राई लेना पवन ने पहला ट्राई किया की है है? हाँ पर हले भी फिटिंग करवानी पैनी है ते बाहां लवानी पैनी ने सही हाँ दो ऑप्शन ने एक आ एक आ कलर मैं कहनी ओ कलर दा कंट्रास्ट ज्यादा हां नाले चुन्नी चीज ते रेड दा हां नाले चुन्नी बढ़िया दी हां नाले रेड मम्मी नु ओ मेरी पसंद सीगे पवन तो पहला ही ट्राई करन चले गए रेड कलर अर्जुन नु पसंद है कल से अर्जुन कहदा चाची कहदा सुपर वूमन है कहदा उन्हें रेड कलर वियर कीता होया तू ना कदे बिना बाहां वाले पाए नहीं मेनू तू जीव जी बहुत लगदी हाँ जी वैसे लैण तो मैं एक सूट आई सी बट हूँ मैं एक नाल होर लै लिया मतलब दो फंक्शन का काम कर गई तो आप इधर नहीं सी आना आप पिछे नु मुड़ना सी हां गड्डी तो अपनी उधर खड़ी है तो हूँ चल रहे हैं गड्डी हूँ खोलने आप तो इधर दी छड़ के आना वैसे ना मैं मंडी जाके कंफ्यूज हो जाने पता नहीं कब दी आनी है मैं मंडी च बट भूल जानी हूँ जाके हूँ आप चल दी हाँ पार्लर से चलो हम फाइनली चल
ਸਲੋ ਵੀ ਪਾਰਲਰ ਆਪਣਾ ਅੱਜ ਬੰਦ ਆ ਅੱਜ ਮੈਂ ਪਹਿਲੀ ਵਾਰੀ ਉਹਨੇ ਫੋਨ ਕੀਤਾ ਹੈਗਾ ਪਹਿਲੀ ਵਾਰੀ ਮੈਨੂੰ ਝਟਕਾ ਪਿਆ ਰਵਿੰਦਰ ਉਹ ਬੰਦਿਆਂ ਲੁਧਿਆਣਾ ਛੱਡ ਕੇ ਆਈ ਵੀ ਮੰਡੀ ਤੁਸੀਂ ਜਾਣ ਕੇ ਲੈ ਕੇ ਆਏ ਹੋ ਮੈਨੂੰ ਇੱਥੇ ਹਾਂ ਤੇ ਵੀ ਲੁਧਿਆਣੇ ਹੁਣ ਕਿਤੇ ਕੱਪੜੇ ਲੈ ਲਏ ਉਹ ਨਹੀਂ ਮੰਡੀ ਆਪਣੇ ਨਾ ਜਾਣਕਾਰ ਨੇ ਨਵੀਨ ਸਟੋਰ ਵਾਲੇ ਲੁਧਿਆਣੇ ਫਿਰ ਅਸੀਂ ਮੋਸਟਲੀ ਨਵੀਨ ਵਾਲਿਆਂ ਦੇ ਹੀ ਹੁੰਦੇ ਹਾਂ ਸੋ ਹੁਣ ਆਪਾਂ ਚੱਲਦੇ ਆ ਕੈਂਟ ਨੂੰ ਤੇ ਮੈਂ ਆਪਣੇ ਟੇਲਰ ਨੂੰ ਆ ਡਰੈਸ ਜਿਹੜੀਆਂ ਦੋ ਲਿੱਤੀਆਂ ਨੇ ਉਹ ਕਰਨੀਆਂ ਦੇਣੀਆਂ ਨੇ ਠੀਕ ਕਰਨੀਆਂ ਦੇਣ ਸੋ ਹੋਰ ਨਹੀਂ ਕੁਛ ਪਾਰਲਰ ਤਾਂ ਨਹੀਂ ਮਿਲਿਆ ਹੈਗਾ ਮੰਮੀ ਨੇ ਔਲੇ ਮੰਗਾਏ ਸੀਗੇ ਆਪਾਂ ਔਲੇ ਲੈ ਲਈਏ ਕਿਉਂਕਿ ਠੰਡਾਂ 'ਚ ਔਲੇ ਦਾ ਚਾਰ ਖਾਣਾ ਚੰਗਾ ਹੁੰਦਾ ਕਿਉਂ ਜੀ ਹਾਂਜੀ ਕਿਉਂਕਿ ਇਹਦੇ ਨਾਲ ਭੁੱਖ ਵੱਧ ਲੱਗਦੀ ਹੈ ਜਿਹਨੂੰ ਨਹੀਂ ਲੱਗਦੀ ਹੈਗੀ ਹਾਂਜੀ ਕਿਲੋ ਦੇ ਦਿਓ ਆਂਟੀ ਜੀ ਕਿੰਨੇ ਰੁਪਏ ਕਿਲੋ 80 ਰੁਪਏ ਕਿਲੋ ਹੈ ਓਕੇ ਆ ਦਿਓ ਬਰੀਕ ਵਾਲੇ अज विश्वकर्मा डे होने करके दो काम रह गए एक पवन का पार्लर नहीं जा होया दूजा जिथों आप सूट सही कराने होंने वो भी है नहीं गए ता करके हुण आपां जाना पैना कैंड जिहड़ा पवन का परसनल टेलर आ ता जो आपां नूं कल तक मिल जाए ਉਹ ਕਹਿੰਦੇ ਜੀ ਅਸੀਂ ਮੈਂ ਕਿਹਾ ਵੀ ਤੁਹਾਡਾ ਟੇਲਰ ਤਾਂ ਹੈ ਨੀਗਾ ਕਹਿੰਦੇ ਤੁਸੀਂ ਕੱਲ ਨੂੰ ਲੈ ਆਇਓ ਮੈਂ ਕਿਹਾ ਜੇ ਕੱਲ ਸਾਤੋਂ ਨਾ ਆਇਆ ਫਿਰ ਅਸੀਂ ਕੀ ਕਰਾਂਗੇ ਸੋ ਮੈਂ ਨਾਲ ਹੀ ਲੈ ਆਂਦਾ ਮੈਂ ਕਿਹਾ ਮੈਂ ਆਪਦੇ ਟੇਲਰ ਤੋਂ ਠੀਕ ਕਰਾ ਲਵਾਂਗਾ ਯਸ ਹੁਣ ਆਪਾਂ ਚੱਲੇ ਆ ਕੈਂਡ ਨਾਲੇ ਤੁਹਾਨੂੰ ਪਤਾ ਹੀ ਆਪਾਂ ਹਮੇਸ਼ਾ ਦੀਵਾਲੀ ਦੇ ਵੇਲੇ ਕੈਂਡ ਜ਼ਰੂਰ ਜਾਂਦੇ ਨਾਲੇ ਆਪਣਾ ਦੀਵਾਲੀ ਵਾਲੇ ਦਿਨ ਜਾ ਨਹੀਂ ਹੁੰਦਾ ਹੈਗਾ ਹੁਣ ਕੱਲ ਅੱਜ ਜਾਵਾਂਗੇ ਪਿਛਲੇ ਸਾਲ 2 ਸਾਲਾਂ ਤੋਂ ਅਸੀਂ ਨੈਕਸਟ ਡੇ ਜਾਂਦੇ ਹੁੰਨੇ ਆ ਤੇ ਇਸ ਵਾਰ ਸਾਡਾ ਕੋਈ ਪਲਾਨ ਹੈ ਨਹੀਂ ਸੀਗਾ ਪਰ ਬਾਬੇ ਨੇ ਸਾਨੂੰ ਮੈਂ ਵੀ ਕਹਿ ਲਗੀ ਸੀ ਬਾਬਾ ਜੀ ਕਹਿੰਦੇ ਐ ਤੁਸੀਂ ਕਿਵੇਂ ਜਾਣਾ ਭੁੱਲ ਗਏ ਚਲੋ ਆਪਦੇ ਉਧਰ ਨੂੰ ਪਿੰਡ ਨੂੰ ਵੀ ਸੋ ਹੁਣ ਆਪਾਂ ਚੱਲਦੇ ਆ ਤੇ ਫਿਰ ਤੁਹਾਨੂੰ ਨਾਲ ਜਾ ਕੇ ਮੈਂ ਕਿ ਪੰਮਾ ਇੱਕ ਅੱਧਾ ਪਟਾਕਾ ਚਲਾਉ ਜੇ ਘਰੇ ਹੋਇਆ ਫਿਰ ਅੱਗੇ ਅੰਗ ਭੂਆ ਤੋਂ ਗਾਲਾਂ ਵੀ ਖਾਊਗਾ ਕਿ ਭੂਆ ਨੇ ਗਾਲ ਕੱਢੀ ਸੀ ਉਹਨੂੰ ਹੱਥ 'ਚ ਫੜ ਫੜ ਆਤਿਸ਼ਬਾਜ਼ੀ ਚਲਾਉਂਦਾ ਸੀ ਸੋ ਚਲੋ ਹੁਣ ਆਪਾਂ ਚੱਲਦੇ ਆ ਇੱਕ ਮੈਂ ਜ਼ਰੂਰੀ ਗੱਲ ਕਰਨੀ ਆ ਜਿਵੇਂ ਹੁਣ ਤੁਹਾਨੂੰ ਪਤਾ ਹੀ ਆਪਣੇ ਘਰੇ ਫੰਕਸ਼ਨ ਨੇ ਹੁਣ ਦੇਖੋ ਕਿਸੇ ਆਪਣੇ ਕੁੜੀ ਨੇ ਵੀ ਆਪਣੇ ਘਰੇ ਆਉਣਾ ਕਿ ਕਈ ਆਪਣੇ ਪਰੌਣੇ ਵੀ ਆਉਣੇ ਆ ਤੇ ਗੱਲ ਹੈਗੀ ਐ ਇਦਾਂ ਹੁਣ ਤੁਸੀਂ ਸਾਰਿਆਂ ਨੇ ਕਹਿਣਾ ਮੈਨੂੰ ਆਪਾਂ ਬਲੌਗ ਬਣਾਉਂਗਾ ਮੈਂ ਵੀ ਤੁਸੀਂ ਉਹ ਕੁੜੀ ਤਾਂ ਦਿਖਾਈਓ ਹੀ ਨਹੀਂ ਤੁਸੀਂ ਉਹ ਮੁੰਡਾ ਤਾਂ ਦਿਖਾਇਆ ਹੀ ਨਹੀਂ ਦੇਖੋ ਜਿਹੜਾ ਬੰਦਾ ਆਪਾਂ ਨੂੰ ਆਪ ਕਹੂਗਾ ਵੀ ਤੁਸੀਂ ਸਾਨੂੰ ਆਪਦੀ ਵੀਡੀਓ 'ਚ ਲੈ ਸਕਦੇ ਹੋ ਆਪਾਂ ਸਿਰਫ ਉਹਨਾਂ ਨੂੰ ਲੈਣਾ ਵਾ ਆਪਾਂ ਬਿਨਾਂ ਮਤਲਬ ਕਿਸੇ ਦੀ ਪ੍ਰਾਈਵੇਸੀ ਲਾਈਫ ਸ਼ੋਅ ਨਹੀਂ ਕਰਨੀ ਇਸ ਨੂੰ ਮੈਂ ਗੱਲ ਪਹਿਲਾਂ ਇਸ ਲਈ ਦੱਸੀ ਆ ਕਿਉਂਕਿ ਬਾਅਦ ਜਦੋਂ ਤੁਸੀਂ ਸਾਰਾ ਨਾ ਪੂਰਾ ਵਲੌਗ ਦੇਖ ਕੇ ਕਹਿ ਦਿੰਦੇ ਹੋ ਵਿਆਹ ਵਾਲਾ ਭਾਈ ਵਿਆਹ ਵਾਲੀ ਕੁੜੀ ਤਾਂ ਦਿਖਾਈ ਹੋਈ ਨਹੀਂ ਸੋ ਪਹਿਲਾਂ ਹੀ ਆ ਸੋਚ ਸਮਝ ਕੇ ਵਲੌਗ ਦੇਖਿਓ ਜਿਹੜਾ ਆਪਾਂ ਨੂੰ ਕਹੂਗਾ ਜਿੱਥੇ ਆਪਾਂ ਕੰਫਰਟੇਬਲ ਆ ਅਗਲਾ ਕੰਫਰਟੇਬਲ ਆ ਆਪਾਂ ਉਹਨਾਂ ਨੂੰ ਹੀ ਦਿਖਾਉਣਾ ਮੈਂ ਆਪਾਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਕਿਉਂਕਿ ਅੱਗੇ ਜਦੋਂ ਆਪਣੇ ਸ਼ੁਰੂ ਸ਼ੁਰੂ 'ਚ ਮੈਂ ਵਲੌਗ ਬਣਾਉਣ ਲੱਗਿਆ ਸੀਗਾ ਉਦੋਂ ਆਪਣੇ ਸੀਗੇ 10-20 ਹਜ਼ਾਰ ਸਬਸਕ੍ਰਾਈਬਰ ਉਦੋਂ ਮੈਂ ਇੱਕ ਦੋ ਵਿਆਹਾਂ 'ਤੇ ਦਿਖਾਤੇ ਸੀਗੇ ਬਟ ਹੁਣ ਆਪਣਾ ਨਾ ਗੱਲ ਹੋਰ ਆ ਹੁਣ ਕਈ ਇੱਥੇ ਆਪਣੇ 네ਗੇਟਿਵਿਟੀ ਵੀ ਆਉਂਦੀ ਆ ਕਈ ਥਾਵਾਂ 'ਤੇ ਪੋਜ਼ਿਟਿਵਿਟੀ ਵੀ ਆਉਂਦੀ ਆ ਸੋ ਆਪਾਂ ਕਿਸੇ ਦੀ ਲਾਈਫ ਆਪਦੇ ਲਾਈਫ ਦੇ ਨਾਲ ਉਹ ਨਹੀਂ ਕਰਨੀ ਹੈਗੀ ਸੋ ਇਸ ਕਰਕੇ ਜਿੰਨਾ ਕ ਹਾਂ ਸਮਝ ਦੇਖਿਓ ਜਿੰਨੇ ਕ ਆਪਣੇ ਅਸੀਂ ਸੋਹਣੇ ਲੱਗਾਂਗੇ ਸਾਰੇ ਵਲੌਗ ਜਿੰਨੇ ਕ ਆਪਣੇ ਸਾਰੇ ਕੈਰੈਕਟਰ ਨੇ ਡੈਡੀ ਮੰਮੀ ਹਰਮਨ ਆਪਣਾ ਹੋਊਗਾ ਜਿਹੜੇ ਮਤਲਬ ਨਾਰਮਲ ਹੁਣ ਤੱਕ ਆਉਂਦੇ ਆ ਉਹ ਤਾਂ ਆਉਣਗੇ ਹੀ ਹਾਂ ਬਾਕੀ ਜਿੰਨੇ ਜਣੇ ਆਪਾਂ ਨੂੰ ਕਹਿ ਦੇਣਗੇ ਕਿ ਹਾਂ ਕੋਈ ਚੱਕਰ ਨਹੀਂ ਉਹਨਾਂ ਨੂੰ ਆਪਾਂ ਲੈ ਲਾਂਗੇ ਠੀਕ ਹੈ ਕਿਉਂਕਿ ਇਹ ਸਾਡਾ ਕੰਮ ਆ ਕਿਸੇ ਹੋਰ ਦਾ ਕੰਮ ਥੋੜਾ ਯਾਰ ਅਸੀਂ ਕਿਸੇ ਨੂੰ ਥੋਪ ਨਹੀਂ ਚਾਹਦੇ ਆਓ ਆਓ ਸਾਡੀ ਵੀਡੀਓ ਸੋ ਟਰਾਈ ਟੂ ਅੰਡਰਸਟੈਂਡ ਬਟ ਵਲੌਗ ਪੂਰੇ ਇੰਟਰਸਟਿੰਗ ਹੋਣਗੇ ਡੋਨਟ ਵਰੀ ਯੈਸ ਭੰਗੜਾ ਤੁਸੀਂ ਸਾਡਾ ਦੇਖ ਸਕਦੇ ਹੋ ਚਲੋ ਹੁਣ ਆਪਾਂ ਚੱਲਦੇ ਆ ਚਲੋ ਮੈਨੂੰ ਲੱਗਦਾ ਕੈਂਡ ਵਾਲਿਆਂ ਨੇ ਵੱਧ ਪਟਾਕੇ ਚਲਾਇਆ ਧੂਏ ਧੂਏ ਇਧਰ ਵੱਧ ਹੋਇਆ ਪਿਆ ਸਹੀ ਗੱਲ ਇਧਰ ਬਾਲਾ ਧੂਆ ਲੱਗਦਾ ਹੈ ਨਾ ਉਧਰੋਂ ਆ ਕੇ ਪਤਾ ਨਹੀਂ ਉੱਥੇ ਪਿੱਛੇ ਖੇਤ ਸੀਗੇ ਨਾਲ ਤਾਂ ਕਰ ਕਿਸੇ ਨੇ ਅੱਗੇ ਲੱਗੀ ਹੋਣੀ ਤਾਜੀ ਨਾ ਹਾਂ ਨਹੀਂ ਮੈਨੂੰ ਲੱਗਦਾ ਰਾਤ ਪੰਮੇ ਉਹਨਾਂ ਨੇ ਬਹੁਤ ਚਲਾਇਆ ਪਟਾਕੇ ਹਾਂ 4500 ਦੇ ਤਾਂ ਪੰਮਾ ਲਿਆ ਜੀ ਕਹਿੰਦੇ 5500 ਦੇ ਪਤਾ ਨਹੀਂ ਹਾਂ ਇਹ ਕੌਣ ਬੈਠਾ ਹੈ ਉਹ ਛੋਟਾ ਫੁੱਫੜਾ ਨੰਨੂ ਚਲੋ ਜੀ ਆਪਾਂ ਕੈਂਡ ਪਹੁੰਚ ਚੁੱਕੇ ਆ ਸੋ ਹਾਂਜੀ ਆਪਾਂ ਕੈਂਡ ਆ ਗਏ ਸੀਗੇ ਹੁਣ ਇੱਥੇ ਕਲਜਿੰਦਰ ਲੱਗੀ ਹੋਈ ਆ ਦੀਵੇ ਲਾਉਣ ਉੱਪਰ ਵਾਹ ਵਾਹ ਕਲਜਿੰਦਰ ਐਡੀ ਲੰਬੀ ਤੂੰ ਰਾਤ ਚੱਲੇ ਆ ਗਿਆ ਤੇ ਕੈਂਡ ਸਾਰੇ ਘਰ ਤੇ ਲਾਈਟਾਂ ਲੱਗੀਆਂ ਨੇ ਇੱਧਰ ਚਾਨਣ ਕਰਕੇ ਥੋੜੇ ਘੱਟ ਦਿੰਦੀਆਂ ਨੇ ਇੱਧਰ ਪੂਰੇ ਲੱਗੇ ਹੋਈਆਂ ਨੇ ਨਹੀਂ ਫੁੱਫੜ ਹਮ ਐਸੇ ਹੀ ਬਣਾਏਗੇ ਤੇ ਉਹ ਭੂਆ ਹੁਣੀ ਰੋਟੀ ਬਣਾਉਣ ਲੱਗੇ ਨੇ ਇਹਨਾਂ ਨੇ ਤਾਂ ਘਰ ਪੂਰਾ ਸਜਾਇਆ ਪਿਆ ਦਰਖਤ ਤੇ ਵੀ ਲਾਈਟਾਂ ਇੱਧਰ ਵੀ ਲਾਈਟਾਂ ਸਾਰੇ ਤੇ ਅੰਦਰ ਰੰਗੋਲੀ ਵੀ ਬਣਾਈ ਹੋਈ ਆ ਉਹ ਤੁਹਾਨੂੰ ਅੰਦਰ ਜਾ ਕੇ ਦਿਖਾਉਣੀ ਆ ਮੈਂ ਬਾਅਦ ਚੋਂ ਪਹਿਲਾਂ ਦੀਵੇ ਲਵਾ ਲਵਾਂ ਕਲਜਿੰਦਰ ਨਾਲ ਆਓ ਜੀ ਹੋਰ ਕੋਈ ਬਾਤ ਆ ਗਏ ਵਿਹਲੇ ਗੇੜੇ ਦੇ ਕੇ ਦੋਨੋਂ ਤਿੰਨੇ ਜਾਣੇ ਅਸਲ ਮੈਂ ਨਾ ਬ੍ਰਿੰਦਰ ਨੇ ਜਿੱਦਣ ਦੀ ਗੱਡੀ ਲਿੱਤੀ ਆ ਬ੍ਰਿੰਦਰ ਨੇ ਚਲਾਈ ਨਹੀਂ ਹੈਗੀ ਸੋ ਅੱਜ ਮੈਂ ਸੋਚਿਆ ਵੀ ਇਹ ਚਲਾ ਲਵੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਬਸ ਆਇਆ
नहीं नहीं तो चलो भी हुण आपां चलदे आ वापस क्योंकि अर्जन जी उधर डिकी जांदे आ सानू कहिंदे कल सो गया सी हुण अज कहिंदा अनार ते जिहड़ी अपनी चड़खड़ी हुंदियां ने लै के ही आयो कहिंदा घरे सो हुण आपां चलीए इक सामने थार होर आ गई सो लो जी असी डेलो आ गए सीगे हुण पिंदर ओ इक पिछे उत्थे दुकान ਉਥੋਂ ਪਟਾਕੇ ਲੈਣ ਗਏ ਨੇ ਪਟਾਕੇ ਨੀ ਮਤਲਬ ਅਨਾਰ ਅਨੂਰ ਲੈਣ ਗਏ ਨੇ ਸੋ ਅਰਜੁਨ ਨੂੰ ਸਾਡਾ ਬੜੀ ਤੇਜ਼ੀ ਨਾਲ ਵੇਟ ਕਰ ਰਿਹਾ ਵੀ ਛੇਤੀ ਛੇਤੀ ਆ ਜਾਓ ਤੇ ਆਪਾਂ ਝੱਕਰੀਆਂ ਚਲਾਈਏ ਮੇ ਵੀ ਉਧਰ ਨੇ ਡੈਡੀ ਲੈ ਕੇ ਆਏ ਸੀਗੇ ਇੱਕ ਦਿਨ ਉਹਦੇ ਲਈ ਵੀ ਚਲੋ ਵਧੀਆ ਜੇ ਉਹਨੂੰ ਵਧੀਆ ਲੱਗੀਆਂ ਤਾਂ ਆਪਾਂ ਦੀਵਾਲੀ ਨੂੰ ਲਿਆਵਾਂਗੇ ਨਹੀਂ ਨਹੀਂ ਲਿਆਵਾਂਗੇ ਬਟ ਉਹਨੂੰ ਵਧੀਆ ਲੱਗੀਆਂ ਸੋ ਰਾਤ ਤੋਂ ਪਹਿਲਾਂ ਹੀ ਸੌਂ ਗਿਆ ਸੀਗਾ ਤੇ ਹੁਣ ਸੋਚਿਆ ਅਸੀਂ ਵੀ ਪਹਿਲਾਂ ਸੋਚਿਆ ਸੀ ਵੀ ਲੈ ਕੇ ਜਾਵਾਂਗੇ ਜਨੂ ਦਾ ਫੋਨ ਵੀ ਆਗਾ ਵੀ ਚਾਚੂ ਮੇਰੇ ਲਈ ਉਹ ਲੈ ਕੇ ਆਇਓ ਸੋ ਹੁਣ ਪਿੰਦਰ ਲੈ ਲੈਣ ਬਾਕੀ ਤੁਹਾਨੂੰ ਹੁਣ ਘਰੇ ਜਾ ਕੇ ਅਰਜਨ ਨਾਲ ਮਿਲਦੇ ਹਾਂ ਲਓ ਵੀ ਅਰਜਨ ਵਾਪਸ ਆ ਗਿਆ ਅਰਜਨ ਲਈ ਅਸੀਂ ਲੈ ਕੇ ਆਏ ਸੀ ਅਵੇਂਜਰਸ ਤੇ ਮੈਨੂੰ ਨਹੀਂ ਸੀ ਪਤਾ ਇਹਦੇ ਵਿੱਚ ਚਰਖੜੀਆਂ ਆਏ ਨਿਕਲ ਲਗੀਆਂ ਇਹਨੂੰ ਪਹਿਲਾਂ ਹੀ ਪਤਾ ਸੀਗਾ ਆ ਕੀ ਅਰਜਨ ਇਹ ਕੀ ਆ ਹੈ ਕੈਪਟਨ ਅਮਰੀਕਾ ਆ ਕੀ ਅਰਜਨ ਬੈਟਮੈਨ ਇਹ ਹੈਗਾ ਬੈਟਮੈਨ ਆਪਾਂ ਨੂੰ ਕੁਝ ਨਹੀਂ ਪਤਾ ਅਸੀਂ ਤਾਂ ਵੀ ਕੱਟ ਲਈ ਸਟicker ਦੇ ਵਿੱਚ ਹੈ ਇਹ ਕੀ ਆ ਪਲਾਨ ਚ ਥੋੜੀ ਜਿਹੀ ਚੇਂਜ ਆ ਗਈ ਹੁਣ ਅਸੀਂ ਉੱਪਰਲੇ ਕੋਠੇ ਚੱਲੇ ਆ ਕੈਮਰਾ ਲੱਗਿਆ ਲੱਗਾ ਕਿ ਟਾਈਮ ਲੱਗਦਾ ਜਰਾ ਹੈ ਨਹੀਂ ਨਹੀਂ ਵੀਡੀਓ ਚੱਲਦੀ ਹੈ ਹਾਏ ਹੈਲੋ ਅਰਜਨ ਕੱਟ ਲਾਂਗੇ ਬਾਅਦ ਚ ਜਿਹੜਾ ਜਿਹੜਾ ਵਧੀਆ ਨਿਕਲੂ ਅਰਜਨ ਕੀ ਕਰਦਾ ਯੇ ਇਹ ਫਲ ਚੜੀ ਆ ਕੀ ਇਹ ਉਧਰੋਂ ਪਿੰਦਰ ਉਹ ਲੱਗੇ ਨੇ ਕਰਨ ਆਤਿਸ਼ਬਾਜ਼ੀ ਚੜਾਉਣ ਲੱਗੇ ਨੇ बस बस हो गया देख दादू दादू नार चला पुत चल फिर अर्जुन दोबारा भंगड़ा पा दे चाचे नाल अर्जुन पा दे भंगड़ा चाचे दी कॉपी चाचे दी कॉपी कर दे ਲੋ ਵੀ ਅਸੀਂ ਪਟਾਕੇ ਵੀ ਚਲਾ ਲਏ ਅਸੀਂ ਡਾਂਸ ਵੀ ਕਰ ਲਿਆ ਹੁਣ ਅਰਜਨ ਕਹਿੰਦਾ ਮੈਂ ਦੇਖਣਾ ਸਪਾਈਡਰਮੈਨ ਕਿਹੜਾ ਸਪਾਈਡਰਮੈਨ ਅਰਜਨ ਹੈ ਅਵੇਂਜਰਸ ਐਂਡ ਸਪਾਈਡਰਮੈਨ ਮਤਲਬ ਇਹ ਆਪਸ ਵਿੱਚ ਫਾਈਟ ਕਰ ਰਹੇ ਨੇ ਮੈਂ ਦੇਖਿਆ ਚੈਨਲ ਦੇ ਵਿਊ ਜਿਹੜਾ ਦੇਖਦਾ ਵਾ 249 ਮਿਲੀਅਨ ਵਿਊ ਸੀਗੇ ਮੈਂ ਕਿਹਾ ਹਰਮਨ ਇੰਨੇ ਵੀ ਆਉਂਦੇ ਆ ਕਹਿੰਦਾ ਜਵਾਕਾਂ ਦਾ ਕੀ ਹੁੰਦਾ ਉਹਨਾਂ ਨੇ ਇੱਕ ਹੀ ਚੀਜ਼ ਨੂੰ ਬਾਰ ਬਾਰ ਦੇਖੀ ਜਾਣਾ ਤਾਂ ਕਰਕੇ ਇੰਨੇ ਹੋ ਜਾਂਦੇ ਆ ਹਾਂਜੀ
52 ਇਅਰਸ ਦੇ ਹੈ ओके आ कार्टून ही पता नहीं की कहना मैंने नहीं पता चलो ठीक है हम आप व्लॉग करते हैं इतनी एंड जो व्लॉग बढ़िया लगे व्लॉग में लाइक चैनल को सब्सक्राइब तो सुना जाए कमेंट जरूर करो बाय बाय अर्जुन बाय 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 गुड नाइट गुड नाइट हम ना छेड़ो इन बड़ा चंगा बाय बाय